ਪ੍ਰਧਾਨ ਮੰਤਰੀ ਬਣਨ ਲਈ ਰਾਹੁਲ ਗਾਂਧੀ ਸ਼ਾਇਦ ਦਰਬਾਰ ਸਹਿਬ ਆਇਆ ਹੋਇਆ ਸੋ ਇਦਾਂ ਦੀਆਂ ਗੱਲਾਂ ਕਰਨ ਵਾਲੇ ਲੋਕ ਤੇ ਜਾਂ ਫਿਰ 1984 ਦਾ ਹਵਾਲਾ ਦੇਣ ਵਾਲੇ ਲੋਕ ਸੋ ਸਾਧ ਸੰਗਤ ਇਸ ਕਰਕੇ ਮੈਂ ਕੁਝ ਬੇਨਤੀਆਂ ਜਿਹੜੀਆਂ ਨੇ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਨੇ ਇਸ ਵਿਸ਼ੇ ਤੇ ਭਾਵੇਂ ਬਹੁਤ ਕ੍ਰਿਟੀਕਲ ਵਿਸ਼ਾ ਬਹੁਤ ਸੰਜੀਦਗੀ ਭਰਿਆ ਵਿਸ਼ਾ ਹੈ ਪਰ ਆਪਾਂ ਕੁਝ ਬੇਨਤੀਆਂ ਕਰਕੇ ਜਰੂਰ ਸਮਝਾਂਗੇ ਸੋ ਪਹਿਲਾਂ ਤਾਂ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਦਰਬਾਰ ਸਾਹਿਬ ਸਿੱਖਾਂ ਦਾ ਦਿਲ ਹੈ ਸਭ ਦਾ ਹੀ ਦਿਲ ਹੈ ਮੈਂ ਇਕੱਲੇ ਸਿੱਖਾਂ ਦਾ ਨਹੀਂ ਕਹੂੰਗਾ ਦਰਬਾਰ ਸਾਹਿਬ ਸਭ ਦਾ ਸਾਂਝ ਹੈ ਜੀ ਅੰਮ੍ਰਿਤਸਰ ਸਾਹਿਬ ਸਭ ਦਾ ਸਾਂਝ ਹੈ ਜੀ ਆਪਾਂ ਅੰਮ੍ਰਿਤਸਰ ਸਾਹਿਬ ਸਾਰੇ ਜਾਣੇ ਆ ਅੰਮ੍ਰਿਤਸਰ ਸਾਹਿਬ ਸਾਰੇ ਜਾ ਕੇ ਆਪਾਂ ਨਤਮਸਤਕ ਹੁੰਨੇ ਆ ਹੋਣਾ ਵੀ ਚਾਹੀਦਾ ਜੀ ਉਥੇ ਚਾਹੇ ਕੋਈ ਵਿਸ਼ੇਸ਼ ਹੋਵੇ ਚਾਹੇ ਆਮ ਹੋਵੇ ਚਾਹੇ ਖਾਸ ਹੋਵੇ ਹਰੇਕ ਜਾਣਦਾ ਜੀ ਦੇਖੋ ਸਭ ਨੂੰ ਜਾਣਾ ਚਾਹੀਦਾ ਮੈਂ ਤੇ ਬੇਨਤੀ ਕਰਦਾ ਉਹਨਾਂ ਕਿ ਭਾਈ ਹਰੇਕ ਨੂੰ ਲੈ ਕੇ ਜਾਇਆ ਕਰੋ ਪ੍ਰੇਰ ਕੇ ਇਹ ਸਭ ਤੋਂ ਵੱਡੀ ਸੇਵਾ ਹੈ ਜੀ ਹਰੇਕ ਨੂੰ ਪ੍ਰੇਰ ਕੇ ਲੈ ਕੇ ਜਾਇਆ ਕਰੋ ਇਹ ਸਭ ਤੋਂ ਵੱਡੀ ਸੇਵਾ ਹੈ ਜੀ ਹਰ ਇੱਕ ਨੂੰ ਜਾਣਾ ਚਾਹੀਦਾ ਦਰਬਾਰ ਸਾਹਿਬ ਦਰبار ਸਾਹਿਬ ਉਹ ਧਰਤੀ ਹੈ ਪਿਆਰਿਓ ਜਿਨੇ ਲਗਾਤਾਰ 6 ਪਾਤਸ਼ਾਹੀਆਂ ਨੂੰ ਚਰਨਛੋਪਾਪਾਦ ਧਰਤੀ ਆਪਾਂ ਕਹੀਏ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਬਾਅਦ ਵਿੱਚ ਗਏ ਨੇ ਉਹ ਗੱਲ ਵੱਖਰੀ ਹੈ ਕਿ ਉਹਨਾਂ ਨੂੰ ਗੇਟ ਨਹੀਂ ਖੋਲਿਆ ਗਿਆ ਚਲੋ ਉਹ ਇੱਕ ਇਤਿਹਾਸ ਦਾ ਵੱਖਰ ਵੱਖਰਾ ਇੱਕ ਪੱਖ ਹੈ ਪਰ 6 ਪਾਤਸ਼ਾਹੀਆਂ ਲਗਾਤਾਰ ਉਸ ਧਰਤੀ ਤੇ ਮੌਜੂਦ ਰਹੀਆਂ ਨੇ ਪਿਆਰਿਓ ਆਉਣਾ ਜਾਣਾ ਜ਼ਰੂਰ ਰਿਹਾ ਹੋਵੇਗਾ ਗੁਰੂ ਸਾਹਿਬਾਨਾਂ ਦਾ ਕਦੇ ਨਾ ਕਦੇ ਜੋ ਇਤਿਹਾਸ ਵਿੱਚੋਂ ਸ਼ਾਇਦ ਸਾਡੇ ਪਰੋਖੇ ਰਹਿ ਗਿਆ ਪਰ 6 ਪਾਤਸ਼ਾਹੀਆਂ ਅੰਮ੍ਰਿਤਸਰ ਦੀ ਧਰਤੀ ਤੇ ਹੀ ਮੌਜੂਦ ਰਹੀਆਂ ਨੇ ਸਾਧ ਸੰਗਤ ਉਹ ਇਹੋ ਜੀ ਧਰਤੀ ਹੈ ਜਿਹਨੂੰ ਆਪਾਂ ਕਈਏ ਵੀ ਗੁਰਬਾਣੀ ਦੇ ਵਿੱਚ ਵੀ ਉਹਨੂੰ ਸਿਫਤੀ ਦਾ ਘਰ ਕਿਹਾ ਗਿਆ ਹੈ ਉਹ ਵਾਕਈ ਹੀ ਸਿਫਤੀ ਦਾ ਘਰ ਹੈ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਜਿੱਥੇ 24 24 ਘੰਟੇ ਜਾਪ ਹੁੰਦਾ ਹੋਵੇ ਕੀਰਤਨ ਹੁੰਦਾ ਰਹਿੰਦਾ ਹੋਵੇ ਤੇ ਪਿਆਰਿਓ 6 ਪਾਤਸ਼ਾਹੀਆਂ ਦੀ ਚਰਨਛੋਪਾ ਪ੍ਰਾਪਤ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਅੰਮ੍ਰਿਤ ਉਥੇ ਵਾਕੇ ਹੀ ਅੰਮ੍ਰਿਤ ਵਰਸਦਾ ਹੈ ਵਾਕੇ ਹੀ ਉਥੇ ਅੰਮ੍ਰਿਤ ਵਰਸਦਾ ਹੈ ਪਿਆਰਿਓ ਇਸ ਚੀਜ਼ ਵਿੱਚ ਕੋਈ ਸ਼ੱਕ ਨਹੀਂ ਹੈ ਤੇ ਉਥੇ ਆਏ ਦਿਨ ਕੋਈ ਨਾ ਕੋਈ ਵਿਸ਼ੇਸ਼ ਜਿਹੜੀਆਂ ਹਸਤੀਆਂ ਨੇ ਉਹ ਆਉਂਦੀਆਂ ਰਹਿੰਦੀਆਂ ਨੇ ਭਾਵੇਂ ਕੋਈ ਲੀਡਰ ਹੋਵੇ ਕੋਈ ਸੈਲੀਬ੍ਰਿਟੀ ਹੋਵੇ ਭਾਵੇਂ ਕੋਈ ਹੋਰ ਹੋਵੇ ਉਥੇ ਆਉਂਦੇ ਜਾਂਦੇ ਰਹਿੰਦੇ ਨੇ ਸਾਰੇ ਉਹ ਕਿਉਂਕਿ ਗੁਰੂ ਦਾ ਘਰ ਹੈ ਜੀ ਉਥੇ ਹਰ ਇੱਕ ਨੇ ਆਉਣਾ ਹੈ ਆਪਾਂ ਕਹਿੰਦੇ ਆ ਵੀ ਉਥੇ ਹਰ ਇੱਕ ਆਵੇ ਭਾਵੇਂ ਸਾਡੇ ਲਈ ਕੋਈ ਵੱਡਾ ਹੋ ਸਕਦਾ ਪਰ ਉਥੇ ਸਾਰੇ ਇੱਕ ਨੇ ਉਹ ਤੇ ਉਹ ਸਾਰਿਆਂ ਨੂੰ ਇੱਕ ਸਮਾਨ ਹੀ ਸਮਝਦਾ ਹੈ ਬਾਪੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਪਾਤਸ਼ਾਹ ਦੇ ਦਰ ਤੇ ਆ ਕੇ ਸਾਰੇ ਇੱਕ ਬਰਾਬਰੀ ਨੇ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਯਾਦ ਰੱਖਿਓ ਜੇ ਉਹਦੀ ਨਿਗਾਹ 'ਚ ਕੋਈ ਵੱਡਾ ਛੋਟਾ ਨਹੀਂ ਫਿਰ ਅਸੀਂ ਵੱਡਾ ਛੋਟਾ ਕਿਉਂ ਕਰ ਰਹੇ ਆ ਅਸੀਂ ਕਿਉਂ ਕਹਿ ਰਹੇ ਆ ਵੀ ਫਲਾਨਾ ਆਇਆ ਜੀ ਇਹ ਵਿਸ਼ੇਸ਼ ਪਾਰਟੀ ਦਾ ਜੀ ਇਹ ਇਹ ਤਾਂ ਜੀ ਆਏ ਆ ਜੀ ਇਹ ਇਦਾਂ ਜੁੜਿਆ ਹੋਇਆ ਜੀ ਇਦਾਂ ਜੁੜਿਆ ਹੋਇਆ ਅਸੀਂ ਬਹੁਤ ਤਰ੍ਹਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ ਮੈਂ ਵੇਖ ਰਿਹਾ ਸੀ ਸਾਰਾ ਸੋਸ਼ਲ ਮੀਡੀਆ ਹੈਂਡਲ ਜਿਹੜਾ ਉਹ ਭਰਿਆ ਹੋਇਆ ਇੱਕੋ ਹੀ ਗੱਲ ਨਾਲ ਗੱਲ ਕਿਹੜੀ ਹੈ ਜੀ ਰਾਹੁਲ ਗਾਂਧੀ ਆਇਆ ਹੋਇਆ ਜੀ ਪੰਜਾਬ ਦੇ ਵਿੱਚ ਫਿਰ ਕੀ ਹੋ ਗਿਆ ਜੇ ਰਾਹੁਲ ਗਾਂਧੀ ਆਇਆ ਹੋਇਆ ਭਾਈ ਫਿਰ ਕੀ ਹੋ ਗਿਆ ਜੇ ਰਾਹੁਲ ਗਾਂਧੀ ਆ ਗਿਆ ਫਿਰ ਕੀ ਹੋ ਗਿਆ ਕੋਈ ਪਰਲੋ ਥੋੜਾ ਆ ਗਈ ਜਾਂ ਕੋਈ ਅਸਮਾਨ ਦੇ ਵਿੱਚੋਂ ਕੋਈ ਦੇਵਤਾ ਥੋੜੀ ਉਤਰਿਆ ਆਇਆ ਫਿਰ ਕੀ ਹੋ ਗਿਆ ਜੇ ਰਾਹੁਲ ਗਾਂਧੀ ਆਇਆ ਮੈਂ ਕੱਲ ਵੀ ਬੇਨਤੀ ਕੀਤੀ ਠੀਕ ਹੈ ਆਇਆ ਮੱਥਾ ਟੇਕ ਰਿਹਾ ਹੈ ਸੇਵਾ ਕਰ ਰਿਹਾ ਉਹਨੂੰ ਸੇਵਾ ਕਰਨ ਦਿਓ ਦੁਨੀਆ ਹੀ ਆਉਂਦੀ ਹੈ ਸੇਵਾ ਕਰਨ ਇੰਨੇ ਪਾਪ ਕੀਤੇ ਨੇ ਜੇ ਥੋੜੀ ਜੀ ਸੇਵਾ ਕਰ ਲੈਣਗੇ ਹੋ ਸਕਦਾ ਹੈ ਪਰਮਾਤਮਾ ਦਇਆ ਦੇ ਘਰ ਚ ਆ ਕੇ ਥੋੜੇ ਜੇ ਪਾਪ ਹੀ ਮਾਫ ਕਰ ਦੇਣਾ ਤੇ ਕਿਸੇ ਦੇ ਵੀ ਪੋਲੀਟਿਕਲ ਕੋਈ ਵੀ ਹੋਵੇ ਕੱਦਾ ਬਚਿਆ ਹੋਗਾ ਨਹੀਂ ਸਾਰੇ ਇਹ ਇੰਨੇ ਪਾਪਾਂ ਦੇ ਭਰੇ ਹੋਏ ਨੇ ਪ੍ਰਮਾਤਮਾ ਇਹਨਾਂ ਦੇ ਪਾਪ ਜੇ ਲਾਉਣ ਤੇ ਆਵੇ ਨਾ ਪ੍ਰਮਾਤਮਾ ਵੀ ਨਹੀਂ ਲਾ ਸਕਦਾ ਉਹ ਵੀ ਨਹੀਂ ਮਾਫ ਕਰ ਸਕਦਾ ਇੰਨੇ ਪਾਪ ਨੇ ਇਹਨਾਂ ਲੋਕਾਂ ਦੇ ਸਿਰ ਖੈਰ ਇਹੋ ਜਿਹੇ ਪਾਪਾਂ ਤੋਂ ਰੱਬ ਬਚਾਵੇ ਮੈਂ ਕਿੰਨਾ ਵੀ ਰਾਜਨੀਤੀ ਰਾਜਨੀਤੀ ਤੋਂ ਰੱਬ ਬਚਾਵੇ ਸਾਧ ਸੰਗਤ ਰਾਹੁਲ ਗਾਂਧੀ ਨੇ ਭਾਵੇਂ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ ਉਹ ਕਹਿੰਦਾ ਮੈਨੂੰ ਬੜਾ ਆਨੰਦ ਆ ਰਿਹਾ ਹੈ ਮੈਨੂੰ ਇਹੋ ਜਿਹਾ ਸਕੂਨ ਮਿਲਿਆ ਇੱਥੇ ਸੇਵਾ ਕਰਕੇ ਤੇ ਸਾਥ ਸੰਗਤ ਜਿਹੜਾ ਕਿਤੇ ਵੀ ਨਹੀਂ ਮਿਲਿਆ ਲੰਗਰ 'ਚ ਸੇਵਾ ਕੀਤੀ ਸਬਜ਼ੀ ਕੱਟਣ ਦੀ ਸੇਵਾ ਕੀਤੀ ਝੂਠੇ ਬਰਤਨਾਂ ਦੀ ਸੇਵਾ ਕੀਤੀ ਆਮ ਬਾਗ ਤੇ ਪਾਣੀ ਦੀ ਸ਼ਬੀਲ ਤੇ ਸੇਵਾ ਕੀਤੀ ਚਲੋ ਜੀ ਹੱਕ ਹੈ ਜੀ ਜੇ ਜਾਣਿਆ ਤੇ ਆਪਾਂ ਵੀ ਸੇਵਾ ਕਰਿਆ ਕਰੀਏ ਆਪਾਂ ਵੀ ਨਾਲ ਉਥੇ ਲੰਗਰ ਛਕਦੇ ਫੇਰੀ ਜਾਇਆ ਕਰੀਏ ਜਾ ਫਿਰ ਬਾਜ਼ਾਰ ਘੁੰਮਦੇ ਫਿਰੀ ਜਾਇਆ ਕਰੀਏ ਜਾਂ ਫਿਰ ਟਾਰੀ ਬਾਰਡਰ ਤੇ ਜਾ ਕੇ ਲਲਕਾਰੇ ਮਾਰ ਕੇ ਵਾਪਸ ਮੁੜਾਉਨੇ ਆ ਆਪਾਂ ਵੀ ਨਾ ਕਰਿਆ ਕਰੀਏ ਮੈਂ ਕਹਿੰਨਾ ਕੁਝ ਸਿੱਖੋ ਪਹਿਲਾ ਪੁਆਇੰਟ ਇੰਨਾ ਵੱਡਾ ਬੰਦਾ ਆ ਕੇ ਉੱਥੇ ਸੇਵਾ ਕਰ ਰਿਹਾ ਤੇ ਉਹ ਇੱਕ ਮਸ਼ਹੂਰ ਚਿਹਰਾ ਉਹ ਸੇਵਾ ਕਰ ਰਿਹਾ ਤੇ ਅਸੀਂ ਲੋਕ ਘੁੰਮ ਫਿਰ ਕੇ ਮੁੜਾਉਨੇ ਆ ਪਿਕਨਿਕ ਮਨਾ ਕੇ ਕੁਝ ਸਿੱਖ ਕੇ ਕੁਝ ਖੱਟ ਕੇ ਆਇਆ ਕਰੋ ਉੱਥੋਂ ਇਹ ਸਭ ਤੋਂ ਵੱਡੀ ਗੱਲ ਹੈ ਜੀ ਉਸ ਬੰਦੇ ਨੇ ਚੰਗਾ ਕੀਤਾ ਜੀ ਮੈਂ ਉਹਦੀ ਇਸ ਗੱਲ ਨੂੰ ਬੜਾ ਚੰਗਾ ਮੰਨਦਾ ਹਾਂ ਤੇ ਅੱਧੀ ਰਾਤ ਉੱਠ ਕੇ ਉਸ ਬੰਦੇ ਨੇ ਸੇਵਾ ਕੀਤੀ ਹੈ ਅਸੀਂ ਉੱਥੇ ਜਾ ਕੇ ਕਮਰੇ ਭਾਲਦੇ ਆ ਮੈਂ ਨਹੀਂ ਕਹਿੰਦਾ ਵੀ ਕਮਰਾ ਹੋਣਾ ਨਹੀਂ ਚਾਹੀਦਾ ਹੋਣਾ ਚਾਹੀਦਾ ਪਰ ਸੌਣਾ ਘਰੇ ਵੀ ਸੌਣੇ ਆ ਜੇ ਉੱਥੇ ਵੀ ਸੌਣਾ ਫੇਰ ਤੇ ਕੋਈ ਗੱਲ ਨਾ ਬਣੀ ਆਪਣਾ ਸਾਜੋ ਸਮਾਨ ਸਾਂਭਣ ਲਈ ਕਮਰਾ ਚਾਹੀਦਾ ਹੈ ਕਮਰਾ ਮਿਲਣਾ ਚਾਹੀਦਾ ਹੈ ਐਸਜੀਪੀਸੀ ਧਿਆਨ ਦੇਵੇ ਜੀ ਕਈਆਂ ਨੂੰ ਮਿਲਦੇ ਨਹੀਂ ਹੈਗੇ ਕਮਰੇ ਸਾਦ ਸੰਗਤ ਪਰ ਜੇ ਉੱਥੇ ਜਾ ਕੇ ਵੀ ਸੌਣਾ ਹੀ ਆ ਫੇਰ ਕੋਈ ਜਾਣ ਦਾ ਫਾਇਦਾ ਨਹੀਂ ਇਹ ਬੇਨਤੀ ਮੈਂ ਕਰ ਰਿਹਾ ਸੀ ਤੇ ਦੂਜੀ ਬੇਨਤੀ ਮੈਂ ਕਰਾਂ ਉਸ ਬੰਦੇ ਤੋਂ ਸਿੱਖੋ ਉਹ ਸੇਵਾ ਕਰ ਰਿਹਾ ਹੈ ਤੇ ਦੂਜੀ ਬੇਨਤੀ ਕਿ ਪਿਆਰਿਓ ਠੀਕ ਹੈ ਉਹ ਸੇਵਾ ਕਰ ਰਿਹਾ ਉਹਨੂੰ ਕਰਨ ਦਿਓ ਪਰ ਜਿਹੜੇ ਕਹਿੰਦੇ ਆ ਜੀ ਉਹ ਵੋਟਾਂ ਕਰਕੇ ਆਇਆ ਜੀ ਉਹ ਉੱਥੇ 1984 ਦੀ ਯਾਦਗਾਰ ਵੇਖਣ ਲਈ ਆਇਆ ਜੀ ਕੋਈ ਕੁਝ ਕਹਿ ਰਿਹਾ ਉਹਨੂੰ ਮਾਫ ਨਹੀਂ ਕਰਨਾ ਚਾਹੀਦਾ ਜੀ ਕੋਈ ਕੋਰ ਕਹਿ ਰਿਹਾ ਜੀ ਉਹਦਾ ਵਿਰੋਧ ਕਰੋ ਜੀ ਮੈਂ ਕਹਿੰਦਾ ਉਹ ਗੁਰੂ ਦੇ ਦਰ ਤੇ ਆਇਆ ਆਪਾਂ ਉਹਦਾ ਵਿਰੋਧ ਨਹੀਂ ਕਰ ਸਕਦੇ ਪਿਆਰੇ ਠੀਕ ਹੈ ਸਾਡੇ ਜਜ਼ਬਾਤ ਨੇ ਦੇਖਦੇ ਆਂ ਸਾਰ ਅਸੀਂ ਬੇਕਾਬੂ ਹੋ ਜਾਂਦੇ ਆ 1984 ਦੇ ਜ਼ਖਮ ਅੱਲੇ ਨੇ ਸਾਨੂੰ ਯਾਦ ਆ ਜਾਂਦੇ ਨੇ ਜ਼ਰੂਰ ਪਰ ਅਸੀਂ ਇਦਾਂ ਨਹੀਂ ਕਰ ਸਕਦੇ ਉਸ ਨੂੰ ਸੇਵਾ ਕਰਨ ਤੋਂ ਮੱਥਾ ਟੇਕਣ ਤੋਂ ਨਹੀਂ ਰੋਕ ਸਕਦੇ ਵਿਰੋਧ ਕਰਨਾ ਇਹ ਸਾਡੀ ਮੂਰਖ ਮੱਤੀ ਹੋਏਗੀ ਇੰਟਰਨੈਸ਼ਨਲ মিডিਆ ਜਿਹੜਾ ਨਾ ਉਹ ਸਾਡੇ ਵੱਲ ਨਜ਼ਰਾਂ ਗੜਾ ਕੇ ਬੈਠਾ ਹੈ ਵੀ ਸਿੱਖ ਕੋਈ ਥੋੜੀ ਜੀ ਗਲਤੀ ਕਰਨ ਤੇ ਅਸੀਂ ਇਹਨਾਂ ਨੂੰ ਬਿਲਕੁਲ ਚਾਹ ਕੇ ਲਈਏ ਤੇ ਇਹਨਾਂ ਦੀਆਂ ਗਲਤੀਆਂ ਨੂੰ ਅਸੀਂ ਨਜ਼ਰ ਅੰਦਾਜ਼ ਨਾ ਕਰਦੇ ਹੋਏ ਇਹਨਾਂ ਨੂੰ ਅਸੀਂ ਦੁਨੀਆ ਸਾਹਮਣੇ ਐਕਸਪੋਜ਼ ਕਰੀਏ ਵੀ ਇਹ ਤਾਂ ਕਬਜ਼ਾ ਕਰਕੇ ਬੈਠੇ ਨੇ ਜੀ ਪੰਜਾਬ ਦੇ ਵਿੱਚ ਤੇ ਦੂਜੀਆਂ ਸਟੇਟਾਂ ਦੇ ਵਿੱਚ ਜਿੱਥੇ ਸਾਡੇ ਸਿੱਖ ਬੈਠੇ ਨੇ ਉਹ ਉਹਨਾਂ ਦਾ ਅਸੀਂ ਸਤਕਾਰ ਘਟਵਾਵਾਂਗੇ ਇਹ ਗੱਲਾਂ ਕਰਕੇ ਜੇ ਹਾ ਕੋਸ਼ ਨਾ ਕਰੀਏ ਪ੍ਰਧਾਨ ਮੰਤਰੀ ਬਣਨਾ ਠੀਕ ਹੈ ਜੀ ਕੋਈ ਗੱਲ ਨਹੀਂ ਉਹ ਕਿਸੇ ਇੱਕ ਬੰਦੇ ਨੇ ਨਹੀਂ ਬਣਾ ਦੇਣਾ ਉਹ ਪੂਰੀ ਆਵਾਮ ਬੈਠੀ ਹੈ ਉਹ ਸਾਰੀ ਜਨਤਾ ਬੈਠੀ ਹੈ ਜੇ ਉਹ ਵੋਟਾਂ ਪਾਉਣਗੇ ਤੇ ਪ੍ਰਧਾਨ ਮੰਤਰੀ ਜ਼ਰੂਰ ਬਣੂਗਾ ਰਾਹੁਲ ગાંધી ਨੂੰ ਪ੍ਰਧਾਨ ਮੰਤਰੀ ਬਣਨ ਤੋਂ ਨਹੀਂ ਕੋਈ ਰੋਕ ਸਕਦਾ ਮੱਥੇ ਟੇਕਣ ਨਾਲ ਪ੍ਰਧਾਨ ਮੰਤਰੀ ਨਹੀਂ ਬਣਨਾ ਗੁਰੂ ਨੇ ਨਦਰ ਸਬੱਲੀ ਕੀਤੀ ਜੇ ਉਹਨੂੰ ਬਲ ਬਖਸ਼ੇਗਾ ਪਰਮਾਤਮਾ ਵੀਓ ਨੇ ਦੁਨੀਆ ਦੀ ਸੇਵਾ ਕਰਨੀ ਹੈ ਤੇ ਅਸੀਂ ਰੋਕ ਨਹੀਂ ਸਕਦੇ ਸਾਸੀ ਜੇ ਵੋਟਾਂ ਪਾਉਣੀਆਂ ਨੇ ਲੋਕਾਂ ਨੇ ਜੇ ਵੋਟਾਂ ਪਾਉਣੀਆਂ ਨੇ ਤੇ ਅਸੀਂ ਰੋਕ ਨਹੀਂ ਸਕਦੇ ਇਸ ਕਰਕੇ ਆ ਗੱਲਾਂ ਤੋਂ ਥੋੜਾ ਜਿਹਾ ਸਾਈਡ ਵੱਟিয়ে ਥੋੜਾ ਜਿਹਾ ਸਾਈਡ ਤੇ ਰਹੀਏ ਕੋਈ ਗੱਲ ਨਹੀਂ ਜਿਵੇਂ ਉਹਦਾ ਮਨ ਮੰਨਦੇ ਉਹਨੂੰ ਸੇਵਾ ਕਰਨ ਦੇ ਉਹ ਚਾਹੇ ਉਹ 4 ਦਿਨ ਰਹੇ ਚਾਹੇ ਹ ਮਹੀਨਾ ਰਹੇ ਪਰ ਆ ਗੱਲਾਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਵੀ ਉਹ ਕਿਹੜੇ ਮਕਸਦ ਨਾਲ ਆਇਆ ਜਿਵੇਂ ਵੀ ਹੈ ਜਦੋਂ ਕੁਝ ਹੋਇਆ ਦੇਖਾਂਗੇ ਇੰਨੇ ਅਵੇਸਲੇ ਤੇ ਆਪਾਂ ਹੈ ਵੀ ਨਹੀਂ ਸੋ ਬੇਨਤੀ ਮੈਂ ਜ਼ਰੂਰ ਕਰ ਰਿਹਾ ਸਾਧ ਸੰਗਤ ਸਾਨੂੰ ਇਸ ਗੱਲ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ